ਆਹ ਸਾਹਮਣੇ ਜਵਾਨ ਲੱਗੇ ਆ ਸਵੇਰੇ ਸਵੇਰੇ ਹੀ ਪੱਠਿਆਂ ਜੁੜ ਗਏ ਆ ਵੱਢਣ, ਅਜੇ ਤਰੇੜ ਨਹੀਂ ਲੱਥੀ। ਪਰ ਇਹ ਆਪਣਾ ਆਉਂਦਾ ਮੈਂ ਡਿਊਟੀ ਕਰਕੇ ਜਬ ਜਬ ਵਿਹਲਾ ਵਾਂ। ਅੱਧਾ ਬਾਜਰਾ ਇਹਨਾਂ ਨਾ ਪਿਵਾ ਕੇ ਸੁਕਾਇਆ ਅਤੇ ਜਿਹੜਾ ਥੋੜ੍ਹਾ ਰਲ ਪਿਆ ਨੇ ਉਹਨੂੰ ਵੱਢਣ ਲੱਗੇ ਨੇ। ਅਸਲਾਮ ਵਾਲੇਕਮ, ਇਹਨੂੰ ਪਾਣੀ ਕਿਉਂ ਲੈ ਦਿੱਤਾ? ਆਹ ਜਿਹੜਾ ਹਾਲ ਹੋਇਆ ਪਿਆ, ਆਹ ਤਾਂ ਸੋਕੇ ਹਾਲ ਹੋਇਆ ਨਾ ਇਹਦਾ। ਪਾਣੀ ਜੇ ਨਹਿ ਦਿੱਤਾ ਨਾ ਖਾਦ ਦਿੱਤੀ, ਜੇ ਇਹ ਹਾਲ ਹੋਣਾ ਆਈ। ਅੱਛਾ, ਦੂਸਰੀ ਜ਼ਮੀਨ ਤਾਂ ਵਾਸਤੇ ਸਹੀ ਹੈ। ਅਤੇ ਜੱਟ ਸਾਰੇ ਅਜੇ ਆਪਣਾ ਸਕੂਨ ਨਾਲ ਤਰੇੜ ਲਾਉਂਦੇ ਪਏ ਨੇ, ਫਿਰ ਸਭ ਤੁਸੀਂ ਲੱਗ ਵੀ ਪਏ ਹੋ। ਹੈਲੋ, ਸਾਡੇ 4 ਵਜੇ ਉੱਠੇ ਆ, ਉੱਠੇ ਪੱਠੇ ਬਾਈ ਅਸਾਂ ਚੌਥੇ ਲੋਕਲ ਲਿਆਉਣੇ ਹੁੰਦੇ ਨਾ, ਤਾਂ ਨਹੀਂ ਨਾ ਬਣਾਏ। ਪਰਾਲੀ ਨਾ ਲੈਣੀ, ਪਰਾਲੀ ਲੈਣ ਤੇ ਆ ਗਏ ਆ ਅੱਲਾ ਦੇ ਹੁਕਮ ਨਾਲ। ਕਿਤੇ ਦੂਜਾ ਭਾਈ ਰੀ, ਉਹ ਭਾਈ ਹੋਰੀ ਅਜੇ ਪਿੱਛੇ ਇਹਨਾਂ ਨੂੰ ਫੋਨ ਕਰਨਾ ਤਾਂ ਸੋਣਾ, ਅਸਾਂ ਆਪ ਵੱਢਣੀ ਹੈ ਜੇ ਉਸ ਫੜਨ ਦੇ ਟਾਈਮ 'ਤੇ ਆਉਣਾ। ਦਸ ਰਹੀ ਤੁਸੀਂ ਲੈਂਦੀ ਕੋਈ ਕਿੱਥੇ ਨਾ ਛਿੱਕ ਨਹੀਂ ਦੇਣਾ ਕੀ ਪਰਾਲੀ ਦਾਤਰੀ ਹੁਣ ਤੇਰੇ ਜੇ ਬੰਦੇ ਕੋਲ ਮੰਗੀਏ ਤਾਂ ਨਾ ਤਾਂ ਐਡਾ ਚੰਗਾ ਬੰਦਾ ਬਸ ਦੇ ਛੱਡਣੀ ਦਾਤਰੀ। ਬਸ ਆਹ ਗੱਲ ਇਸ ਵਜ੍ਹਾ ਤੁਸੀਂ ਭਾਈ ਹੋਰ ਲੈ ਕੇ ਟੁਰਨੇ ਆ ਦਾਤਰੀ, ਅਸਾਂ ਇਸ ਕਦੇ ਨਹੀਂ ਰੱਖੀ। ਕੋਹ ਨੂੰ ਮੈਂ ਵੜਨਾ ਛੱਡਣਾ, ਆਹ ਕੰਮ ਕੋਹ ਨਹੀਂ, ਮੈਂ ਆ ਜਾਣਾ ਤੁਹਾਡੇ ਡੇਰੇ 'ਤੇ ਤਾਂ ਮੈਨੂੰ ਹੀ ਪੁਣਾਉਂਦੇ ਹੋ। ਆਵਾਮ ਵੇਖ ਕੇ ਆਉਂਦੀ ਹੈ ਫੇਸਬੁੱਕ 'ਤੇ ਬਈ ਬਾਈ ਜੀ ਵੱਡਾ ਹੋਵਾ ਜਾਂ ਭੱਠੇ ਕੇ, ਹੁਣ ਜਿਹੜੇ ਆਵਾਮ ਵਹਿੰਦੇ ਪਏ ਬਾਈ ਵੇਖ ਲਵੋ ਬਾ ਇਹਨਾਂ ਦੇ ਡੇਰੇ 'ਤੇ ਵੱਢਦੇ ਜਾਈਏ ਨਾ, ਇਹ ਵੇਖ ਲੈਣ ਅਤੇ ਆਉਂਦੇ ਨੇ ਇਹਦੇ ਆਸਣ ਭੱਠੇ ਵਟਾ ਜਾ। ਬਈ ਅਗਰ ਬੰਦਾ ਨਹੀਂ ਆਇਆ ਤਾਂ ਇਹ ਉਸ ਟਾਈਮ ਕਿਵੇਂ ਵੱਢਦੇ ਨੇ? ਹੁਣ ਵੀ ਤਾਂ ਇਕੱਲਾ ਲੱਗੇ ਜਾਈਏ ਨਾ ਬੰਦਾ, ਇਹ ਗੱਲ ਇਹ ਵੱਡੀ ਬਾ, ਜੱਟਾਂ ਕੋਲ ਵਿਹਲਾ ਬੰਦਾ ਬਰਦਾਸ਼ਤ ਨਹੀਂ ਹੁੰਦਾ। ਇਹ ਬੜੇ ਦੁਖਿਆਰੇ ਨੇ ਜੱਟ। ਕਿਉਂ ਦਵਾਨ ਪੁਲਿਸ ਫੜ ਲੈਣਾ? ਆਹ ਚਾਚੇ ਮੇਰੇ ਸਾਰੇ ਨੌਕਰ ਵਾਲੇ ਨਿਕਲੇ ਨੇ ਜਿਹੜੇ ਵੇਹ ਨਾਲ ਮੁਕਾ ਕੇ ਜਾਂਦੇ ਪਏ ਨੇ ਕੰਮ। ਆਹ ਸਾਹਮਣੇ ਖੋਤੀ ਰੇੜੀ ਆ ਰਹੀ ਹੈ, ਪੱਠੇ ਜਵਾਨ ਲੱਦ ਕੇ ਟੋਰ ਛੱਡੀ ਹੈ ਉੱਥੋਂ ਰਾਹ ਵਿੱਚ, ਆਤਾਂ ਕਰਦੀ ਆਉਂਦੀ ਤੇ ਐ ਖਲੋ ਰਹੀ ਕਦਾਈ ਹੋ। ਇਹ ਬਿਨਾਂ ਡਰਾਈਵਰ ਤੋਂ ਕਿੰਦੀ ਆਏ ਹੁੰਦੀ ਹੈ ਅੰਕਲ ਕਦਾਈ ਹੋ ਜਾਂ ਨਹੀਂ? ਉਹ ਆਪ ਰੁੱਝ ਗਿਆ, ਉਹ ਵੀ ਉੱਥੇ ਖਲੋ ਰਹੀ ਹੈ, ਉਹ ਹੁਣ ਪਿੱਛੋਂ ਆਉਣਾ ਅਤੇ ਇਸ ਵੀ ਤਾਂ ਹੀ ਟੁਰਨਾ ਹੁਣ। ਲੈ ਜਾ ਚਾਚੇ ਦੀ ਰੇੜੀ ਉੱਤੇ ਬਹਿ ਕੇ ਲੈ ਜਾ ਗਾ ਤੋਰ। ਉਹ ਆ ਗਈ ਹੈ ਆਪਣੇ ਆਪ ਹੀ, ਮੂਡ ਬਣ ਗਿਆ ਵਾ ਉਹਦਾ, ਟੋਟਣ ਲੈ ਜਾਊਗਾ ਹੁਣ। ਆਹ ਮੇਰਾ ਮੋਟਰਸਾਈਕਲ ਖੜਿਆ ਅਤੇ ਮੈਨੂੰ ਛੱਕ ਕੇ ਮੈਨੂੰ ਰਾਖੀ ਕਰਨੀ ਪਾਉਣੀ ਹੁੰਦੀ ਹੈ, ਤਾਂ ਹੀ ਛੱਡਣਾ ਹੈਂ। ਰੇੜੀ ਅੱਗੇ ਖੜੀ ਹੈ ਅਤੇ ਟ੍ਰੈਫਿਕ ਜਾਮ ਹੋਈ ਖੜੀ ਹੈ, ਪਿਛਲਾ ਜਵਾਨ ਵੀ ਆ ਗਿਆ ਅਗਾਂਹ, ਉਹ ਹੈ ਰੇੜੀ ਸਾਈਡ 'ਤੇ ਕਾਰ ਸੀ ਮੁੜ ਕੇ ਲੱਗਣਾ ਕੋਈ ਨਹੀਂ ਇੱਥੋਂ ਨਾ ਲੱਗਣ। ਆ ਜਾਓ ਜੀ ਸ਼ੋ ਸ਼ੁਰੂ ਹੋਣਾ, ਆ ਜਾਓ ਚੜ੍ਹ ਗਈ ਆ ਸਟੇਜ ਤੇ। ਇਹ ਕਰਾ ਪਿਆ ਮਰਿੰਦਾ ਹੈ ਖੋਤੀ ਨਾਲ, ਇੱਕ ਜਗ੍ਹਾ ਇਹਨਾਂ ਦੀ ਟੁੱਟੇ ਚੁੱਚੀ ਰਹਿ ਗਈ ਹੈ, ਉਹ ਟੋਟਾ ਸਵਾਰਾ ਪੇ ਕਰਦੇ ਨੇ। ਪਹਿਲਾਂ ਉਹ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗਾ ਤਾਂ ਮੈਨੂੰ ਭੈਣ ਦੇਣ ਬਾਈ ਸਾਡੀ ਨਾ ਬਣਾਈ, ਮੈਂ ਕਿਹਾ ਮੈਂ ਬਣਾਉਣੀ ਜੇ, ਮੈਂ ਆਖਿਆ ਵੇਖੋ ਆਉਂਦਾ ਉਹ ਬੁਲਾਉਂਦੇ ਪਏ ਨੇ, ਮੈਂ ਕਿਹਾ ਤੁਸੀਂ ਸ਼ਰਮਾਉਂਦੇ ਪਏ ਉਹ ਬੁਲਾਉਂਦੇ ਪਏ ਜੇ ਹੁਣ। ਆਓ
ਲਾ ਕੀ ਹਾਲ ਨੇ ਠੀਕ ਹੋ ਇਹ ਇੱਕ ਜਗ੍ਹਾ ਉੱਚੀ ਆਈ ਵਿੱਚੋਂ ਪਲੇਟਾਂ ਦਾ ਪਾਣੀ ਲੱਗੂ ਸਹੀ ਠੀਕ ਕੀ ਗੜਨਾ ਨੇ ਇੱਥੇ ਹੁਣ ਹਲਾ ਸਹੀ ਇਹ ਜਗ੍ਹਾ ਇਹਨਾਂ ਦੀ ਟੋਟੇ ਵਿੱਚ ਜਗ੍ਹਾ ਉੱਚੀ ਆਈ ਹੈ ਹੁਣ ਸਵਾਰੀ ਕਰੂ ਨੇ ਕਰਦੇ ਪਏ ਨੇ ਇਹਦੇ ਨਾਲ ਪੁੱਤੀ ਨਾਲ ਅਤੇ ਕਣਕ ਗੱਡਣੀ ਨੇ ਇਹਦੇ ਵਾਸਤੇ ਰੌਣੀ ਕਰਨੀ ਨੇ ਰੌਣੀ ਕਰਨੀ ਹੋਵੇ ਤਾਂ ਚੰਗਾ ਬੜਾ ਪਾਣੀ ਟਾਈਮ ਲੈਂਦਾ ਪੀਸਣੇ ਵਿੱਚ ਅਤੇ ਇਸ ਵਜ੍ਹਾ ਤੋਂ ਫਿਰ ਆਹ ਜਿਹੜੀ ਜਗ੍ਹਾ ਉੱਚੀ ਆਈ ਉਹ ਹੁਣ ਸਵਾਰੀ ਕਰ ਛੱਡਣੀ ਇਹਦੇ ਨਾਲ ਕੋਤੀ ਵਿਚਾਰੀ ਓਵਰ ਟਾਈਮ ਲਾਉਂਦੀ ਪਈ ਗਈ ਉਹ ਸਵਾਈਏ ਰੇੜੀ ਅੱਗੇ ਹੁਣ ਇੱਥੇ ਇੱਥੇ ਡਿਊਟੀ ਦੇਖ ਕੇ ਅਤੇ ਮੂੰਹ ਕੁਛ ਕੋਈ ਨਾ ਕੁਛ ਹੈ ਪੱਠੇ ਪਰਾਲੀ ਲੈ ਕੇ ਜਾਣਾ ਬੂਟੇ ਲਾਉਂਦੀ ਜੀ ਹੈ ਬੂਟੇ ਲਾਉਂਦੀ ਖੋਤੀ ਕਿ ਆਪਣੀ ਹੈ ਹਾਲਾ ਲਓ ਜੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਅੱਲਾ ਹਾਫਿਜ਼।